परसों गुरुद्वारे में डांस करते हुए एक वीडियो पोस्ट करी थी और उसपे बहुत बहुत बुरे कमेंट्स आए हुए थे। माफ कर देना अगर किसी के रिलीजन को मैंने ठेस पहुंचाई हो, रियली सॉरी, माफ कर देना मेरे को। बीते दिन ही श्री दरबार साहब की परिक्रमा के अंदर एक कुड़ी दे वालों टिकटॉक की वीडियो बनाई गई सी जो कि वायरल हुई सी। उस तो बाद ये पूरा मामला गरमा गया सी। इस नूं लै के हुण कुड़ी दे वालों माफ़ी मांग ली गई है। जी हाँ, उसने टिकटॉक के जरिए माफ़ी मंगी है। बेशक कुड़ी ने तर्क दिता है कि उसनूं किसी ने नहीं रोकिया अते उत्थे होर भी लोग सैल्फियां लै रहे सी, तां इस करके उसने भी टिकटॉक के उत्ते वीडियो बना दिती ਅਤੇ ਉਹ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੀ, ਇਸ ਕਰਕੇ ਉਸਨੂੰ ਇੱਥੋਂ ਦੀ ਮਰਿਆਦਾ ਦਾ ਪਤਾ ਨਹੀਂ ਸੀ। ਮੈਨੇ ਕੱਲ ਪਰਸੋਂ ਗੁਰਦੁਆਰੇ ਮੇਂ ਡਾਂਸ ਕਰਤੇ ਹੋਏ ਇੱਕ ਵੀਡੀਓ ਪੋਸਟ ਕਰੀ ਥੀ ਔਰ ਉਸਪੇ ਬਹੁਤ ਬਹੁਤ ਬੁਰੇ ਕਮੈਂਟਸ ਆਏ ਹੋਏ ਥੇ ਔਰ ਮੈਂ ਮਾਨਤੀ ਹੂੰ ਕਿ ਵੋ ਕਮੈਂਟਸ ਆਨੇ ਚਾਹੀਏ ਥੇ ਕਿਉਂਕਿ ਲੋਗੋਂ ਕੋ ਬੁਰਾ ਲਗਾ ਹੋਗਾ ਦੇਖ ਕੇ। ਮੈਂ ਆਪਣੀ ਗਲਤੀ ਕੋ ਐਕਸੈਪਟ ਕਰਤੀ ਹੂੰ, ਮੁਝੇ ਮਾਫ਼ ਕਰ ਦੇਣਾ ਅਗਰ ਕਿਸੀ ਕੇ ਰਿਲੀਜਨ ਕੋ ਮੈਨੇ ਠੇਸ ਪਹੁੰਚਾਈ ਹੋ, ਰੀਅਲੀ ਸੋਰੀ, ਮਾਫ਼ ਕਰ ਦੇਣਾ ਮੇਰੇ ਕੋ। ਬਟ ਮੈਂ ਫਸਟ ਟਾਈਮ ਗੁਰਦੁਆਰੇ ਮੇਂ ਗਈ ਥੀ ਔਰ ਮੇਰੇ ਕੋ ਵਹਾਂ ਕੇ ਰੂਲਸ ਐਂਡ ਰੈਗੂਲੇਸ਼ਨਸ ਕੇ ਬਾਰੇ ਮੇਂ ਬਿਲਕੁਲ ਨਹੀਂ ਪਤਾ ਥਾ। ਅਗਰ ਮੇਰੇ ਕੋ ਵਹਾਂ ਪੇ ਕੋਈ ਰੋਕਤਾ ਵੀਡੀਓ ਬਣਾਨੇ ਕੇ ਲੀਏ ਤੋ ਔਰ ਅਗਰ ਮੈਨੇ ਕੋਈ ਬੋਰਡ ਦੇਖਾ ਹੋਤਾ, ਮੈਨੇ ਕੋਈ ਬੋਰਡ ਵਹਾਂ ਪੇ ਨਹੀਂ ਦੇਖਾ ਕਿ ਹਮੇਂ ਫੋਨ ਯੂਜ਼ ਨਹੀਂ ਕਰਨਾ। ਵਹਾਂ ਪੇ ਬਹੁਤ ਸੇ ਲੋਕ ਸੈਲਫੀ ਵਗੈਰਾ ਲੇ ਰਹੇ ਥੇ, ਇਸੀ ਲਈ ਮੈਨੇ ਵੀਡੀਓ ਬਣਾਈ ਵਹਾਂ ਪੇ। ਤੋ ਮਾਫ਼ ਕਰ ਦੇਣਾ, ਆਗੇ ਸੇ ਐਸਾ ਕੁਛ ਨਹੀਂ ਹੋਗਾ, ਰੀਅਲੀ ਸੋਰੀ। ਜਿਨਕੇ ਮੇਰਾ ਕੋਈ ਇੰਟੈਂਸ਼ਨ ਨਹੀਂ ਥਾ ਕਿਸੀ ਕੇ ਧਰਮ ਕੋ ਠੇਸ ਪਹੁੰਚਾਨੇ ਕਾ, ਕਿਸੀ ਕੋ ਨੀਚਾ ਦਿਖਾਨੇ ਕਾ, ਤੋ ਮੁਝੇ ਮਾਫ਼ ਕਰ ਦੇਣਾ ਆਜ ਇਨ ਲੋਗੋ ਕੋ ਬੁਰਾ ਲਗਾਓ, ਰੀਅਲੀ ਸੋਰੀ ਉਸਕੇ। ਖੈਰ, ਹੁਣ ਜਦੋਂ ਕੁੜੀ ਦੇ ਵੱਲੋਂ ਮਾਫ਼ੀ ਮੰਗੀ ਗਈ ਹੈ, ਹੁਣ ਇਸ ਮਾਮਲੇ ਦੇ ਉੱਤੇ ਸੰਗਤਾਂ ਦਾ ਕੀ ਰੁਖ ਰਹਿੰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਿਊਰੋ ਰਿਪੋਰਟ, ਪੈਰੇਦਾ ਟੀਵੀ।